ਅਸਲਾਮ ਵਾਲੇਕੁਮ ਵਿਊਵਰਸ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਅੱਜ ਦਾ ਵਲੌਗ ਆਪਣਾ ਹੈਗਾ ਜੀ ਬਾਰਿਸ਼ ਦੇ ਬਾਰੇ ਵਿੱਚ। ਬਾਰਿਸ਼ ਜਿਹੜੀ ਨਾ ਅੱਜ ਬਹੁਤ ਹੋਈ ਆ ਸਾਡੇ ਪਿੰਡ, ਤੇ ਪਾਤੇ ਗਿਆ ਸੀਗਾ ਮੈਂ, ਉੱਥੇ ਵੀ ਪਾਣੀ ਜਿਹੜਾ ਨਾ ਉਹ ਬਹੁਤ ਜ਼ਿਆਦਾ ਪੱਤੇ ਦੇ ਵਿੱਚ ਨਾ ਹਾਲਤ ਸਟੈਕ ਹੋਈ ਸੀਗੀ। ਪਾਣੀ ਜਿਹੜਾ ਨਾ ਨਾਲਾ ਵਾ ਸਾਡੇ ਹੱਥੇ ਦੇ ਮੋਹਰੇ, ਉਹਦੀ ਵਜ੍ਹਾ ਦੇ ਨਾਲ ਨਾ ਉਹ ਪਾਣੀ ਜਿਹੜਾ ਨਾ ਬੈਕ ਹੱਥ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ, ਕਿਉਂਕਿ ਨਾਲਾ ਬਹੁਤ ਜ਼ਿਆਦਾ ਭਰ ਗਿਆ ਸੀਗਾ। ਇਸ ਵਜ੍ਹਾ ਤੋਂ ਕਾਫੀ ਜ਼ਿਆਦਾ ਉੱਥੇ ਮੁਸ਼ਕਤ ਕਰਨੀ ਪਈ ਸਾਨੂੰ ਪਾਣੀ ਕੱਢਣ ਵਾਸਤੇ, ਤੇ ਉੱਥੇ ਦਾ ਵਲੌਗ ਤੇ ਨਹੀਂ ਮੈਂ ਬਣਾ ਸਕਿਆ। ਹੁਣ ਮੈਂ ਦੁਬਾਰਾ ਆਇਆ ਵਾ ਘਰ, ਘਰ ਆ ਕੇ ਦੇਖਿਆ ਵਾ ਤੇ ਦੱਸਿਆ ਮੈਨੂੰ ਕਿ ਗੱਡੀ ਦੀ ਨਾ ਬੈਕ ਸੀਟ ਦੇ ਪਤਾ ਨਹੀਂ ਸ਼ਾਇਦ ਕੋਈ ਵਿੰਡੋ ਖੁੱਲੀ ਰਹਿ ਗਈ ਜਾਂ ਕਿਸ ਤਰ੍ਹਾਂ, ਤੇ ਆਹ ਦੇਖੋ ਵੀ ਪਾਣੀ ਜਿਹੜਾ ਨਾ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਵਾ ਇਕੱਠਾ। ਮੈਂ ਕਿਹਾ ਵੀ ਚਲੋ ਪਹਿਲੇ ਇਹ ਕੱਢਦੇ ਹਾਂ, ਸਾਫ ਕਰਦੇ, ਫਿਰ ਕੱਢਣਾ ਜ਼ਰੂਰੀ ਆ, ਫਿਰ ਪਾਣੀ ਦੇ ਬੋ ਜਿਹੜੀ ਨਾ ਉਹ ਫਿਰ ਗੱਡੀ ਦੇ ਵਿੱਚ ਰਹਿਣ ਲੱਗ ਪੈਂਦੀ ਆ। ਤੁਹਾਨੂੰ ਮੈਂ ਬਾਂਹ ਸੂਤੇ ਹਾਲ ਸੁਣਾਵਾਂ। ਹੁਣ ਤੇ ਵੀ ਉਹਦੇ ਯਾਨੀ ਕਿ ਸੋਲੰਗ ਵਗੈਰਾ ਲੱਗ ਗਿਆ ਆ, ਜਿਹਦੀ ਵਜ੍ਹਾ ਦੇ ਨਾਲ ਜਿਹੜਾ ਨਾ ਪਾਣੀ ਜ਼ਿਆਦਾ ਨਹੀਂ ਖੜਾ ਹੁੰਦਾ ਹੈਗਾ, ਜਿਸਦੇ ਨਾਲ ਸੋਲੰਗ ਵਗੈਰਾ ਜਦੋਂ ਨਹੀਂ ਸੀ ਨਾ ਲੱਗੇ ਹੈਗੇ, ਉਦੋਂ ਬਹੁਤ ਹਾਲਾਤ ਮਾੜੇ ਹੁੰਦੇ ਸੀ ਪਿੰਡਾਂ ਦੇ। ਹੁਣ ਤੇ ਬਹੁਤ ਜ਼ਬਰਦਸਤ ਆ, ਕੋਈ ਟੈਨਸ਼ਨ ਨਹੀਂ ਹੈਗੀ, ਮਤਲਬ ਸਮੀ ਦੇਖ ਲਿਆ ਤੁਸੀਂ, ਸਾਈਡਾਂ ਉੱਤੇ ਪਾਣੀ ਖੜਾ ਵਾ, ਲੇਕਿਨ ਗੁਜ਼ਰਨ ਵਾਲੀ ਜਗ੍ਹਾ ਜਿੱਥੇ ਸੋਲੰਗ ਵਗੈਰਾ ਲੱਗੇ ਆ ਉੱਥੇ ਕੋਈ ਪਰੇਸ਼ਾਨੀ ਨਹੀਂ ਹੈਗੀ। ਤੇ ਹੁਣ ਆਪਾਂ ਕੱਢਦੇ ਹਾਂ ਇਹਦੇ ਵਿੱਚੋਂ ਪਾਣੀ, ਤੇ ਰਿਹਾ ਸਾਡੇ ਨਾਲ ਜੁੜੇ ਹੋਏ। ਹਾਂਜੀ ਵਿਊਵਰਸ, ਤੇ ਪਾਣੀ ਜਿਹੜਾ ਨਾ ਆਪਾਂ ਕਰ ਲਿਆ ਖੁਸ਼ਕ। ਹੁਣ ਜਿਹੜਾ ਕੋਈ ਥੋੜ੍ਹਾ ਬਹੁਤਾ ਰਹਿੰਦਾ ਵਾ ਨਾ ਉਹਨੂੰ ਮੈਂ ਖੁੱਲ੍ਹੀ ਛੱਡਾਂਗਾ ਗੱਡੀ ਨੂੰ, ਆਹ ਜਿਹੜਾ ਦਰਵਾਜ਼ਾ ਨਾ ਇਹਦਾ ਖੁੱਲ੍ਹਾ ਛੱਡ ਦਿਆਂਗੇ ਤਾਂ ਕਿ ਜਿਹੜਾ ਨਾ ਇਹਦੇ 'ਚ ਹਵਾ ਹੂ ਫਿਰਦੀ ਰਹੇ, ਅਤੇ ਉਹਦੇ ਨਾਲ ਜਿਹੜਾ ਨਾ ਫਿਰ ਇਹ ਹੋਏਗਾ ਕਿ ਵੀ ਹਵਾ ਹੂ ਫਿਰਨ ਤੋਂ ਬਾਅਦ ਜਿਹੜਾ ਕੋਈ ਨਵੀਂ ਨਵੀਂ ਵਿੱਚ ਰਹਿ ਜਾਏਗੀ ਨਾ ਹੋ ਜਾਏਗੀ ਸਾਫ, ਅਤੇ ਫਿਰ ਉਸ ਤੋਂ ਬਾਅਦ ਵਿੱਚ ਮਾਰਾਂਗੇ ਬਲੋਰ ਜਾਂ ਡਰਾਏ। ਡਰਾਇਰ ਮਾਰਨ ਤੋਂ ਬਾਅਦ ਫਿਰ ਜਿਹੜਾ ਨਾ ਖੁਸ਼ਕ ਹੋ ਜਾਏਗਾ ਬਿਲਕੁਲ, ਪਾਣੀ ਸ਼ਾਣੀ ਜਿਹੜਾ ਨਾ ਇਹਦੇ ਵਿੱਚੋਂ ਬਿਲਕੁਲ ਖੁਸ਼ਕ ਹੋ ਜਾਏਗਾ। ਤੇ ਹੁਣ ਜਿਹੜਾ ਵਾ ਆਪਾਂ ਚੱਲਦੇ ਹਾਂ ਛੱਤ ਦੇ ਉੱਪਰ, ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਪਿੰਡ ਦੇ ਵਿੱਚ ਕਿੰਨੀ ਕੁ ਮੀਂਹ ਪਿਆ ਵਾ ਤੇ ਕਿਸ ਤਰ੍ਹਾਂ ਦਾ ਵਿਊ ਆ। ਹਾਂਜੀ ਵਿਊਵਰਸ, ਤੇ ਹੁਣ ਆਪਾਂ ਚੱਲਦੇ ਹਾਂ ਛੱਤ ਦੇ ਉੱਪਰ, ਤੇ ਤੁਹਾਨੂੰ ਦਿਖਾਉਂਦੇ ਹਾਂ ਵਿਊ ਪਿੰਡ ਦੇ ਵਿੱਚ, ਬਾਰਿਸ਼ ਕਿੰਨਾ ਕੁ ਪਈ ਆ, ਕੀ ਹਿਸਾਬ ਕਿਤਾਬ ਆ। ਤੇ ਦੇਖੋ ਵਿਊਵਰਸ, ਪਿੰਡ ਦੀ ਜਿਹੜੀ ਸੂਰਤ ਹਾਲ ਆ ਨਾ ਉਹ ਬਾਰਿਸ਼ ਤੋਂ ਬਾਅਦ, ਹੁਣ ਤੇ ਸੋਲੰਗ ਵਗੈਰਾ ਲੱਗ ਗਿਆ ਗਲੀਆਂ ਦੇ ਵਿੱਚ, ਜਿਹਦੀ ਵਜ੍ਹਾ ਦੇ ਨਾਲ ਨਾ ਕੋਈ ਐਡਾ ਇਸ਼ੂ ਨਹੀਂ ਬਣਦਾ ਹੈਗਾ, ਲੇਕਿਨ ਉਸ ਤੋਂ ਪਹਿਲੇ ਜਦੋਂ ਸੋਲੰਗ ਵਗੈਰਾ ਨਹੀਂ ਸੀ ਲੱਗੇ ਹੋਏ ਉਦੋਂ ਕਾਫੀ ਜਿਹੜਾ ਨਾ ਉਹ ਮਸਲਾ ਬਣਦਾ ਸੀਗਾ, ਤੇ ਲੰਘਣ ਮੰਗਣ ਦਾ ਵੀ ਬੜਾ ਮਸਲਾ ਹੁੰਦਾ ਸੀਗਾ। ਹਾਂਜੀ ਵਿਊਵਰਸ, ਤੇ ਆਏ ਸੀਗੇ ਹੱਥ ਮਤਲਬ ਗੇੜਾ ਮਾਰਨ, ਮੈਂ ਕਿਹਾ ਦੇਖੀਏ ਚੱਲ ਕੇ ਵੀ ਕੀ ਸੁੱਕੇ ਹਾਲ ਆ ਕਣਕ ਦੀ। ਤੇ ਹੁਣ ਦੇਖੋ ਵਿਊਵਰਸ, ਅੱਗੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀਗੀ,
ਇਹ ਕੁਦਰਤ ਆ ਜੀ, ਇਲਾਹੀ ਦੀ, ਅੱਲਾ ਪਾਕ ਦੀ, ਯਾਨੀ ਕਿ ਇਹ ਵੀ ਇੱਕ ਯਾਨੀ ਕਿ ਨਿਮਤ ਆ ਕਿ ਦੇਖੋ ਹੁਣ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਵਾ ਕਿ ਬਿਨਾਂ ਮੀਂਹ ਪਿਆ ਹੀ ਨਹੀਂ ਹੁੰਦਾ, ਕਿਉਂਕਿ ਬੱਦਲ ਬਿਲਕੁਲ ਜਿਹੜੇ ਨਾ ਉਹ ਚਲੇ ਗਏ ਆ, ਅਸਮਾਨ ਜਿਹੜਾ ਨਾ ਬਿਲਕੁਲ ਨੀਲਾ ਹੋ ਗਿਆ ਵਾ, ਅਤੇ ਧੁੱਪ ਨਿਕਲ ਆਈ ਹੈ ਕੜਾਕੇ ਦੀ, ਲੇਕਿਨ ਬਾਰਿਸ਼ ਪਹਿਲੇ ਬਹੁਤ ਜ਼ਿਆਦਾ ਹੋਈ ਆ, ਅਤੇ ਹੁਣ ਜਿਹੜਾ ਨਾ ਜ਼ਮੀਨ ਹੋ ਗਈ ਗਿੱਲੀ, ਇੱਕ ਦੋ ਦਿਨ ਜਿਹੜਾ ਨਾ ਕਣਕ ਨਹੀਂ ਵੱਢ ਹੋਣੀ ਹੈਗੀ, ਅਤੇ ਬਾਕੀ ਅੱਜ ਸ਼ਾਮ ਨੂੰ ਆਉਣਗੇ ਉਹ ਜਿਹੜੇ ਕੋਲ ਵੱਢ ਕੇ ਗਏ ਆ, ਇਹ ਦੇਖੋ ਵਿਊਵਰਸ, ਉਹਨਾਂ ਨੂੰ ਨਾ ਅੱਜ ਭਰੀਆਂ ਭਰੀਆਂ ਪਾ ਜਾਣਗੇ, ਫਿਰ ਇਨਸ਼ਾਅੱਲਾ ਇੱਕ ਦੋ ਦਿਨ ਵਿੱਚ ਵੇਟ ਕਰਕੇ ਨਾ, ਅਤੇ ਫਿਰ ਦੁਬਾਰਾ ਜਿਹੜਾ ਨਾ ਆਪਾਂ ਵਧਾਉਣੀ ਸ਼ੁਰੂ ਕਰਾਂਗੇ, ਅਤੇ ਕਿਉਂਕਿ ਹਲੇ ਪਾਣੀ ਜਿਹੜਾ ਨਾ ਜ਼ਮੀਨ, ਇਹ ਪਾਣੀ ਜਿਹੜਾ ਨਾ ਕਣਕ ਦਾ ਕਾਫ ਮਤਲਬ ਤਕਰੀਬਨ ਮਹੀਨਾ ਡੇਢ ਹੀ ਹੋ ਗਿਆ, ਇਹਨੂੰ ਪਾਣੀ ਨਹੀਂ ਸੀ ਲਾਇਆ ਹੈਗਾ, ਇਸ ਵਜ੍ਹਾ ਤੋਂ ਜ਼ਮੀਨ ਨੇ ਪਾਣੀ ਪੀ ਲਿਆ ਵਾ, ਜ਼ਮੀਨ ਥੱਲਿਓਂ ਹੋਈ ਸੀ ਖੁਸ਼ਕ, ਲੇਕਿਨ ਇਹ ਜਿਹੜੀ ਕਚਰੇ ਦੀ ਜ਼ਮੀਨ ਆ ਜਾਂ ਜਿਹੜੀ ਬਰਸਨ ਵਾਲੀ ਆ ਉਹਨੂੰ ਪਾਣੀ ਲੱਗਾ ਹੋਇਆ ਸੀਗਾ, ਇਸ ਵਜ੍ਹਾ ਤੋਂ ਉਹਦੇ ਵਿੱਚ ਜਿਹੜਾ ਨਾ ਪਾਣੀ ਹੋ ਗਿਆ ਖੜ੍ਹਾ, ਅਤੇ ਲੇਕਿਨ ਆਹ ਕਣਕਾਂ ਵਾਲੀਆਂ ਜਿਹੜੇ ਨਾ ਵੱਢ, ਇਹਨਾਂ ਦੇ ਵਿੱਚ ਪਾਣੀ ਖੜ੍ਹਾ ਨਹੀਂ ਹੋਇਆ ਹੈਗਾ, ਉਹਦੀ ਵਜ੍ਹਾ ਵਾ ਕਿ ਵੀ ਇਹ ਖੁਸ਼ਕ ਸੀਗੀਆਂ, ਅਤੇ ਬਾਰਿਸ਼ ਦਾ ਪਾਣੀ ਜਿੱਦਾਂ ਜਿੱਦਾਂ ਪੈਂਦਾ ਗਿਆ ਜ਼ਮੀਨ ਜਿਹੜੀ ਨਾ ਉਹ ਪੀਂਦੀ ਰਹੀ ਆ ਹੁਣ, ਅਤੇ ਇਹਦੇ 'ਚ ਪੈਰ ਨਹੀਂ ਲੱਗਦਾ ਹੈਗਾ, ਲੇਕਿਨ ਜਿਹੜੀਆਂ ਹੈਗੀਆਂ ਨਾ ਜਿੱਦਾਂ ਹੁਣ ਆਟਾ ਚਲਾ ਵਾ, ਇਹਦੇ ਵਿੱਚ ਦੇਖੋ ਵਿਊਵਰਸ, ਇਹਦੇ ਵਿੱਚ ਪਾਣੀ ਜਿਹੜਾ ਨਾ ਉਹ ਬੂਟਿਆਂ ਥੱਲੇ ਵੀ ਖੜ੍ਹਾ ਵਾ, ਅਤੇ ਹੋਰ ਵੀ ਜਿਹੜੀ ਜਗ੍ਹਾ ਯਾਨੀ ਕਿ ਹੈਗੀ ਨਾ ਉਹਦੇ ਵਿੱਚ ਪਾਣੀ ਖੜ੍ਹਾ ਵਾ, ਅਤੇ ਬਾਕੀ ਅੱਲਾ ਪਾਕ ਨੇ ਬੜਾ ਹੱਥ ਰੱਖਿਆ ਵਾ, ਬਾਰਿਸ਼ ਤਾਂ ਬਹੁਤ ਪਈ ਆ, ਲੇਕਿਨ ਉਸ ਤੋਂ ਫੌਰਨ ਬਾਅਦ ਜਿਹੜਾ ਨਾ ਧੁੱਪ ਨਿਕਲ ਆਈ ਆ ਔਰ ਹਵਾ ਨਹੀਂ ਚੱਲੀ ਹੈਗੀ, ਜਿਹਦੀ ਵਜ੍ਹਾ ਦੇ ਨਾਲ ਕਣਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈਗਾ, ਅੱਲਾ ਪਾਕ ਦੀ ਬੜੀ ਬੜੀ ਮਿਹਰਬਾਨੀ ਹੈ ਇਹ, ਕਿਉਂਕਿ ਹੋਣਾ ਤਾਂ ਉਹੀ ਹੈ ਜੋ ਖੁਦਾ ਤਾਲਾ ਦੀ ਮਰਜ਼ੀ ਹੁੰਦੀ ਆ, ਇਸ ਵਜ੍ਹਾ ਤੋਂ ਅਸੀਂ ਅੱਲਾ ਪਾਕ ਦਾ ਬੜਾ ਸ਼ੁਕਰ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੜਾ ਹੱਥ ਰੱਖਿਆ ਵਾ ਸਾਡੇ ਉੱਤੇ, ਅਤੇ ਅੱਗੇ ਵੀ ਰੱਖਣ ਉਹ, ਬਾਕੀ ਜਿਹੜਾ ਵਾ ਹੁਣ ਆਇਆ ਸੀਗਾ ਮੈਂ ਗੇੜਾ ਗੂੜਾ ਮਾਰ ਲਿਆ ਵਾ, ਹੁਣ ਮੈਂ ਕਿਹਾ ਚੱਲਦੇ ਹਾਂ ਘਰ ਨੂੰ, ਕਿਉਂਕਿ ਧੁੱਪ ਹੁਣ ਹੈਗੀ ਬਹੁਤ ਜ਼ਿਆਦਾ, ਦੁਪਹਿਰ ਦਾ ਟਾਈਮ ਆ, ਅਤੇ ਫਿਰ ਇਨਸ਼ਾਅੱਲਾ ਆਵਾਂਗੇ ਸ਼ਾਮ ਨੂੰ, ਅਤੇ ਸ਼ਾਮ ਨੂੰ ਫਿਰ ਆਪਾਂ ਜਿਹੜਾ ਤੁਹਾਡੇ ਨਾਲ ਕਰਾਂਗੇ ਦੁਬਾਰਾ ਮੁਲਾਕਾਤ। ਹਾਂਜੀ ਵਿਊਵਰਸ, ਅਤੇ ਉਸ ਤੋਂ ਬਾਅਦ ਜਦੋਂ ਗਏ ਨਾ ਘਰ ਨੂੰ, ਘਰ ਜਾ ਕੇ ਫਿਰ ਗਏ ਸੌਂ, ਕਿਉਂਕਿ ਅੱਜ ਜਿਹੜਾ ਨਾ ਬਾਰਿਸ਼ ਹੋਈ ਸੀਗੀ, ਮੌਸਮ ਜ਼ਰਾ ਠੰਡਾ ਠੰਡਾ ਸੀਗਾ, ਅਤੇ ਕੋਈ ਵੀ ਹੋਰ ਕੰਮ ਸ਼ਾਮ ਨਹੀਂ ਕੀਤਾ, ਅਤੇ ਦੁਬਾਰਾ ਹੁਣ ਫਿਰ ਆਏ ਸੀਗੇ ਮੁਰੱਬੇ ਸ਼ਾਮ ਨੂੰ, ਅਤੇ ਅੱਬੂ ਵੀ ਨਾਲ ਸੀਗੇ, ਅਤੇ ਨਾਲ ਜਿਹੜੇ ਆ ਉਹ ਸਾਹਿਬਜ਼ਾਦੇ ਵੀ ਸੀਗੇ, ਉਹ ਹੁਣ ਫਿਰ ਰਹੇ ਆ ਆਪਣਾ, ਅਤੇ ਮੈਂ ਕਿਹਾ ਚਲੋ ਮੈਂ ਵੀ ਉਹਨਾਂ ਨੂੰ ਦੱਸ ਦੇਵਾਂ ਕਿ ਹੁਣ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ, ਅਤੇ ਅਗਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਪਤਾ ਲੱਗਦਾ ਰਹੇ। ਹੁਣ ਤੁਹਾਡਾ ਮੁਲਾਕਾਤ ਕਰਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ, ਖੁਦਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।